ਮੰਮਾ ਸੈਂਤ ਮੈਂ ਜਿਹੜਾ ਨਾ ਤਿਆਰੀ ਕਰ ਲਈ ਜਾਣ ਦੀ ਕਿਉਂਕਿ ਰੇੜੀ ਖੋਤੀ ਜਿਹੜੀ ਮੈਂ ਜੋ ਲਈ ਜਾਂ ਫਿਰ ਜਿਹੜਾ ਨਾ ਤੂੰ ਵੀ ਚੱਲਿਆ ਤੇ ਵਾੜ ਵੀ ਖਾ ਦੇਵਾਂ ਜਿਹੜਾ ਨਾ ਕੱਲ੍ਹ ਮੰਮਾ ਸੈਂਤ ਨੇ ਕੀਤੀ ਸੀ ਮੈਂ ਜਿਹੜਾ ਨਾ ਉਦੋਂ ਰੋਟੀ ਸਾਲਾਂ ਦਾ ਇੰਤਜ਼ਾਮ ਕਰਨ ਲੱਗ ਪਈ ਸੀ ਕਾਫੀ ਸਾਰੇ ਜਿਹੜੇ ਨਾਲ ਨਾਲ ਜਿਹੜੀਆਂ ਨਾ ਕੰਡੇ ਸਾਰੇ ਚਾਰ ਚ ਫਿਰ ਜਿਹੜਾ ਨਾ ਪੂਰ ਦਿੱਤੇ ਨੇ ਹੁਣ ਜਿਹੜਾ ਨਾ ਕਾਫੀ ਸਾਰੀ ਬਚਤ ਕੱਲ੍ਹ ਜਿਹੜਾ ਮੰਮਾ ਸੈਂਤ ਨੇ ਪਾਣੀ ਜਿਹੜਾ ਨਾ ਹੋਰ ਲਾਇਆ ਹੁਣ ਸਹੀ ਹੋ ਗਈ ਹਾਂਜੀ ਹੁਣ ਠੀਕ ਹੋ ਗਿਆ ਹਾਂ ਹੁਣ ਜਿਹੜਾ ਨਾ ਕਾਫੀ ਸਹੀ ਹੋ ਗਿਆ ਆਪਾਂ ਤੋਰੀਆਂ ਹੀ ਕਾਫੀ ਹਾਂਜੀ ਸਾਰੀਆਂ ਸਾਈਡਾਂ ਜਿਹੜਾ ਨਾ ਇਸ ਤਰ੍ਹਾਂ ਕਰਕੇ ਹੋ ਗਈ ਹੁਣ ਜਿਹੜਾ ਨਾ ਕਾਫੀ ਸਾਰੀ ਮਹਿਫੂਜ਼ ਹੋ ਗਈ ਹਿਫਾਜ਼ਤ ਹੋ ਗਈ ਆ ਅੱਲਾ ਕਰੇ ਹੁਣ ਜਿਹੜਾ ਨਾ ਸਾਰੀ ਸਬਜ਼ੀਦਾਰ ਚੀਜ਼ ਜਿਹੜੀ ਨਾ ਅੱਛੀ ਤਰ੍ਹਾਂ ਇਕਲੋ ਹੋ ਜਾਵੇ ਆਹ ਮਾਸ਼ਾਅੱਲਾ ਹੁਣ ਜਿਹੜਾ ਨਾ ਫਿਰ ਦੁਬਾਰਾ ਜਿਹੜਾ ਨਾ ਅੱਗੇ ਵੱਧ ਰਹੀ ਹੈ ਵੱਲ ਅੱਲਾ ਕਰੇ ਇਵੇਂ ਜਿਹੜਾ ਨਾ ਹੋ ਜਾਵੇ ਇਨਸ਼ਾਅੱਲਾ ਹੋ ਜਾਵੇ ਮਸਾਂ ਚਾਰ ਚੱਲ ਗਿਆ ਫਿਰ ਜਿਹੜਾ ਨਾ ਅਸੀਂ ਪਹੁੰਚਿਆ ਜਾਂ ਫਿਰ ਸਮਾਂ ਰਾਤ ਨੂੰ ਕਹਿ ਰਿਹਾ ਜਿਹੜਾ ਨਾ ਤਬੀਅਤ ਕਾਫੀ ਸਾਰੇ ਜਿਹੜੇ ਨਾ ਖਰਾਬ ਆਏ ਤੇ ਮੈਂ ਚੱਲ ਜਿਹੜੇ ਤੁਸੀਂ ਆਰਾਮ ਕਰ ਲੇਕਿਨ ਮੋੜੀ ਪਿਆ ਆਂਦਾ ਮੈਂ ਜਿਹੜਾ ਨਾਲ ਦੇ ਨਾਲ ਜਿੰਨਾ ਕੀ ਹੋ ਸਕਿਆ ਤੇ ਇਹਨੂੰ ਤਰਾਸਾਂ ਕਿਉਂਕਿ ਮੰਮਾ ਸੈਨ ਜਿਹੜਾ ਨਾ ਜਦੋਂ ਦੀਆਂ ਛੁੱਟੀਆਂ ਹੋਈਆਂ ਨੇ ਮੇਰੇ ਨਾਲ ਜਿੰਨੀ ਕੁ ਹੁੰਦੇ ਕੋਲ ਪਾਉਂਦੀ ਬਾਲ ਜਿਹੜਾ ਨਾ ਉਹ ਵੀ ਨਾਲ ਬਹੁਤ ਮੈਨੂੰ ਆਪ ਨੂੰ ਮੇਰੇ ਨਾਲ ਜਿਹੜੀ ਮੇਰੀ ਬਿਮਾਰੀ ਨਾਲ ਮੈਨੂੰ ਹੁੰਦੀ ਜ਼ਿਆਦੀ ਟੈਨਸ਼ਨ ਹੈ ਕਿਉਂ ਬੱਚਾ ਜਿਹੜਾ ਨਾ ਉਹਨੂੰ ਛੁੱਟੀਆਂ ਨੇ ਬੱਚੇ ਖੁਸ਼ ਹੁੰਦੇ ਵੀ ਸਾਨੂੰ ਛੁੱਟੀਆਂ ਨਹੀਂ ਅੱਬੂ ਜੀ ਕੋਈ ਨਹੀਂ ਤੂੰ ਕੰਮ ਕਰਾਂ ਠੀਕ ਹੈ ਬਾਲ ਤੋਂ ਜਿਹੜਾ ਨਾ ਮੇਰੇ ਮੂੰਹ ਨੂੰ ਵੇਖ ਕੇ ਤੇ ਆਂਦਾ ਅੱਬੂ ਜੀ ਮੈਂ ਕਰ ਲੈਣਾ ਮੈਂ ਕਰ ਲੈਣਾ ਪਰ ਮੇਰੀ ਤਬੀਅਤ ਜਿਹੜੀ ਨਾ ਬਿਲਕੁਲ ਨਹੀਂ ਸਹੀ ਹੁੰਦੀ ਸੀ ਦਵਾਈ ਜਿਹੜੀ ਅੱਜ ਦੀ ਖਤਮ ਹੋ ਗਈ ਆਖਰੀ ਖੁਰਾਕ ਪਈ ਅੱਜ ਮੁੜ ਜਿਹੜਾ ਨਾ ਮੁੜ ਉਸ ਡਾਕਟਰ ਕੋਲ ਜਾਣਾ ਉਹਨੇ ਸਾਰੀ ਹਕੀਕਤ ਕਰਨੀ ਹੈ ਤੇ ਬਾਕੀ ਦੀ ਮੈਨੂੰ ਆਏ ਬਹੁਤ ਜ਼ਿਆਦਾ ਮਜਬੂਰੀ ਕਿਉਂ ਟਾਂਡ ਨੂੰ ਹੱਥ ਲਵਾਇਆ ਤੇ ਟਾਂਡ ਗਈ ਸੁੱਕ ਨਾਲੇ ਬੜੀਆਂ ਲੋਕਾਂ ਦੀਆਂ ਟਾਂਡਾਂ ਤੋਂ ਨਾ ਆਪੋ ਆਪ ਹੱਥ ਲਾ ਲਿਆ ਕੋਈ ਬੰਦਾ ਨਹੀਂ ਆਉਂਦਾ ਛਿੱਲੇ ਬਸ ਥੋੜ੍ਹੀ ਬਹੁਤੀ ਵੀ ਆਉਂਦੀ ਜਿਹੜੀ ਪਿੱਛਾਂ ਜਿਹੜੀਆਂ ਨੇ ਸਾਰੀਆਂ ਹਾਂਜੀ ਇਹ ਜਿਹੜੇ ਨਾ ਇਹ ਹਿੱਸੇਦਾਰ ਜਿਹੜੇ ਨਾ ਉਹ ਮਾਰ ਕਹਿੰਦੇ ਵੀ ਹਿੱਸੇਦਾਰ ਜਿਹੜੇ ਨੇ ਦਰੋੜੀਆਂ ਜਿਹੜੀਆਂ ਹਿੱਸੇਦਾਰਾਂ ਬਣੀ ਹੁੰਦੀਆਂ ਕੋਈ ਮਿਹਨਤ ਨਹੀਂ ਕਈ ਗੱਲ ਨਹੀਂ ਹੈ ਤੇ ਬਾਕੀ ਦੇ ਹਿੱਸੇਦਾਰ ਜਿਹੜੇ ਨੇ ਉਹਨਾਂ ਛਿੱਲੀ ਹੁੰਦੀਆਂ ਸਾਰੀ ਟੋਟਲੀ ਜਿਹੜੀ ਨਾ ਦਰੋੜੀਆਂ ਸੁੱਕੀਆਂ ਖੋਤੀਆਂ ਨੇ ਅਸੀਂ ਛਿੱਲ ਕੇ ਸਾਰੀ ਜਿਹੜਾ ਨਾ ਛੱਲੀਆਂ ਹੀ ਬਾਹਰ ਕੇ ਜਿਹੜੇ ਸੱਟਣੀਆਂ ਕਿਉਂਕਿ ਜਿਹਨਾਂ ਦੀ ਸੰਦਨ ਜਿਹੜੀ ਮੱਕੀ ਸੁੱਕ ਜਾਵੇ ਇਹ ਫਿਰ ਉਹਨਾਂ ਹੀ ਜਿਹੜਾ ਨਾ ਸਾਰੀ ਛਿੱਲ ਕੇ ਅਤੇ ਸਾਰੀਆਂ ਛੱਲੀਆਂ ਛੁੱਲੀਆਂ ਜਿਹੜੀਆਂ ਨਾ ਕੱਢਣੀਆਂ ਹੁੰਦੀਆਂ ਇਹ ਸਮਝ ਲਓ ਮਜਬੂਰੀ ਆ ਜਾਂ ਫਿਰ ਮੈਂ ਕਿਹਾ ਚੱਲ ਜਿੰਨਾ ਕੀ ਹੋ ਸਕਿਆ ਮੈਂ ਜਿਹੜਾ ਨਾ ਕਰ ਸਕਾਂ ਕਿਉਂਕਿ ਸਵੇਰਾ ਤਾਂ ਰੋਜ਼ ਜਿਹੜਾ ਨਾ ਸਮਝ ਲਓ ਰੋਜ਼ ਨੂੰ ਰਾਤ ਦਾ ਉਹਨੂੰ ਜਿਹੜਾ ਪਰਸੋਂ ਦਾ ਬੁਖਾਰ ਆ ਘਰੇ ਦਵਾਈ ਪਈ ਸੀ ਤਾਂ ਉਹ ਦਿੱਤੀ ਲੇਕਿਨ ਉਹਦਾ ਬੁਖਾਰ ਕੋਈ ਨਹੀਂ ਤਾਂ ਜਿਹੜਾ ਸਾਰਾ ਕੰਮ ਘਰ ਦਾ ਜਿਹੜਾ ਸਵੇਰਾ ਦੇ ਸਫੁਰਦ ਕਰਕੇ ਆਈ ਹਾਂ ਮੈਂ ਚੱਲ ਜਿਹੜਾ ਜਿੰਨੀ ਕਿ ਅੱਜ ਵੱਡੀ ਪਈ ਇਹ ਮੈਂ ਅੱਜ ਜਿਹੜਾ ਛਿੱਲ ਲੈਂਦੀ ਹਾਂ ਤਾਂ ਉਸ ਬਾਅਦ ਘਰੇ ਜਾ ਕੇ ਜਿੰਨਾ ਕੋਇਆ ਉਹ ਜਿਹੜਾ ਨਾ ਕੰਮ ਕਾਰ ਕੇ ਤੋਂ ਬਾਅਦ ਜਾ ਫਿਰ ਦਵਾਈ ਦੇ ਜਿਹੜਾ ਨਾ ਹਿੱਸਾ ਵੀ ਚੋਣ ਜਿਹੜਾ ਨਾ ਬੱਚਿਆਂ ਦਾ ਜ਼ਰੀਆ ਬਣਿਆ ਮੈਂ ਜਿਹੜਾ ਨਾ ਥੋੜਾ ਬਹੁਤਾ ਜਿਹੜਾ ਨਾਲ ਇਹ ਵੀ ਕਰ ਲੈਂਦਾ ਜਾਂ ਘਰ ਵੀ ਜਿਹੜਾ ਮਾਲ ਦਾ ਕੋਈ ਥੋੜਾ ਬਹੁਤਾ ਜਿਹੜਾ ਕਰ ਲਿਆ ਬਾਕੀ ਹਿੱਸੇ ਦਾ ਬੜਾ ਜ਼ਰੀਆ ਬਣਿਆ ਤੇ ਬਾਹਰਾਂ ਨੂੰ ਲੈਕਨ ਮੈਦਰੂ ਜਿਹੜਾ ਨਾ ਹਿੱਸਾ ਨਹੀਂ ਹੋ ਸਕਦਾ ਜਿਹੜੀ ਤਬੀਅਤ ਮੇਰੀ ਨਾ ਬਹੁਤ ਨਵੀਆਂ ਨਵੀਆਂ ਮਰਜ਼ਾਂ ਵਿੱਚ ਜਿਹੜਾ ਨਾ ਰਲੀਆਂ ਜਾਂਦੀਆਂ ਮੈਂ ਜਿਹੜਾ ਨਾ ਥੋੜਾ ਜਿਹਾ ਟੱਪਾ ਮਾਰਾਂ ਕਈ ਦੇ ਮਾਰਾਂ ਤਾਂ ਮੇਰਾ ਦਮ ਜਿਹੜਾ ਨਾ ਬਿਲਕੁਲ ਹੀ ਉਖੜ ਜਾਂਦਾ ਅਸੀਂ ਨਾ ਸਾਹ ਨਹੀਂ ਹੁੰਦਾ ਪਤਾ ਨਹੀਂ ਕੀ ਵਜ੍ਹਾ ਬਣੀ ਜਾਂਦੀ ਕੀ ਨਹੀਂ ਅੱਜ ਡਾਕਟਰ ਜਿਹੜਾ ਨਾ ਉਹਦੇ ਕੋਲ ਮੁੜ ਜਾ ਕੇ ਵੀ ਜਿਹੜੀਆਂ ਤੇਰੀਆਂ ਗੋਲੀਆਂ ਖਾਧੀਆਂ ਉਹਨਾਂ ਗੋਲੀਆਂ ਦੇ ਵਿੱਚ ਮੈਨੂੰ ਮਸਲਾ ਬਣਿਆ ਵੀ ਜਿਹੜਾ ਅਸੀਂ ਦਮੇ ਵਾਲੇ ਤਰ੍ਹਾਂ ਉਸ ਤਰ੍ਹਾਂ ਹੋ ਜਾਂਦੀ ਜਾਂ ਕੀ ਵਜ੍ਹਾ ਹੋ ਜਾਂਦਾ ਮੇਰੀ ਡੂਹ ਜਿਹੜੀ ਨਾ ਉਸ ਤੋਂ ਨਹੀਂ ਉੱਠਿਆ ਜਾਂਦਾ ਪਤਾ ਨਹੀਂ ਕੀ ਵਜ੍ਹਾ ਹੋ ਗਈ ਕੀ ਨਹੀਂ ਹੁੰਦੀ ਪਤਾ ਨਹੀਂ ਸਾਨੂੰ ਕੀ ਹੋਇਆ ਜਾਂਦਾ ਕੀ ਨਹੀਂ ਅੱਲਾ ਖੈਰ ਕਰਸੀ ਅਤੇ ਅੱਲਾ ਪਾਕ ਜਿਹੜਾ ਨਾ ਅੱਲਾ ਰਹਿਮਤ ਕਰਸੀ ਅਤੇ ਕੋਈ ਅੱਲਾ ਪਾਕ ਕਰਸੀ ਅਤੇ ਕੋਈ ਹੋਰ ਜ਼ਰੀਆ ਬਣਾ ਲਈ ਸਾਂ ਬਾਕੀ ਹਾਲੇ ਤਾਂ ਮਾਰ ਤਾਂ ਲੱਗਦਾ ਵੀ ਮੈਂ ਤੈਨੂੰ ਨਹੀਂ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਕੀ ਹਾਲ ਚਾਲ ਤਮਾਮ ਭੈਣ ਭਾਈਆਂ ਦੇ ਅਤੇ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਹਾਂ ਤੂੰ ਮਿਹਨਤ ਕਰਨਾ ਸਾਰੇ ਭੈਣ ਭਾਈ ਠੀਕ ਠਾਕ ਰਸਤੇ 'ਤੇ ਸਭ ਤੋਂ ਪਹਿਲੇ ਜਿਹੜੇ ਚੈਨਲ 'ਤੇ ਨਏ ਨਏ ਚੈਨਲ ਲਾਈਕ ਕਰ ਦਿਉ ਸਬਸਕ੍ਰਾਈਬ ਕਰ ਦਿਉ ਅਤੇ ਸ਼ੇਅਰ ਵੀ ਕਰ ਦਿਉ ਅਤੇ ਅੰਮੀ ਜੀ ਹੋਰ ਜਿਹੜੇ ਨੇ ਸ਼ੇਅਰ ਵੱਧ ਰਹੇ ਨੇ ਸ਼ੇਅਰ ਵੱਧ ਨਹੀਂ ਰਹੇ ਕਿਉਂਕਿ ਮੰਮਾ ਸਾਹਿਬ ਨੂੰ ਦੇ ਜਾਣਾ ਬੁਖਾਰ ਆਉਣਾ ਹੋਇਆ ਫਤਾ ਮੈਂ ਕਿ ਤੁਸੀਂ ਜਿਹੜੇ ਰਹਿਣ ਦਿਓ ਅਤੇ ਜਾਂ ਫਿਰ ਮੈਂ ਕਿਹਾ ਚੱਲ ਤੁਸੀਂ ਜਿਹੜੇ ਲਾਦ ਲਓ ਤਾਂ ਮੰਮਾ ਸਾਹਿਬ ਲੈ ਆਉਂਦਾ ਰੇੜੀ ਹਾਂਜੀ ਰੇੜੀ ਜਾਂ ਫਿਰ ਲਾਦ ਲਈ ਫਿਰ ਮੈਂ ਬਾਕੀ ਜਿਹੜੀਆਂ ਥੱਲੀਆਂ ਵਿੱਚ ਪਾੜ ਲਈ ਤਾਂ ਕਿਉਂਕਿ ਆਹ ਦੋ ਤਿੰਨ ਥੱਲੀਆਂ ਰਹਿ ਗਈਆਂ ਨੇ ਬਾਕੀ ਆਈ ਸਾਰੀ ਸਾਈਡ ਆਈ ਜਿਹੜੀ ਨਾ ਉਹ ਖਾਲੀ ਕਰ ਲਈਆ ਅਤੇ ਹੁਣ ਮੰਮਾ ਸਾਹਿਬ ਤੁਸੀਂ ਰੇੜੀ ਖੋਤੀ ਲਾਇਆ ਅਤੇ ਤੁਹਾਡਾ ਅੱਬੂ ਜਿਹੜਾ ਮੈਨੂੰ ਲਦਾਦ ਵਿਆਹ ਛੇਲ ਕਿਉਂ ਮੈਂ ਸਾਰਿਆਂ ਨੂੰ ਸਮਝ ਰੋਣਾ ਲੱਗੀ ਸੀ ਚਲੋ ਠੀਕ ਅਤੇ ਮੈਂ ਲਾ ਜਾ ਸਕਦਾ ਜਿਹੜਾ ਮੈਂ ਮੰਮਾ ਸਾਹਿਬ ਨੂੰ ਕੱਲ੍ਹ ਖੋਤੀ ਲਾਇਆ ਹੁੰਦਾ ਚਲੋ ਜਾਂ ਫਿਰ ਅਲੀ ਕਹਿ ਰਿਹਾ ਕਿਉਂ ਕਾਫੀ ਸਾਰੇ ਬਹਿਣਾ ਪਈ ਹੁੰਦਾ ਜਾਂ ਫਿਰ ਥੋੜ੍ਹਾ ਜਿਹਾ ਮੱਠਾ ਬੋਲਦਾ ਜਾਂ ਫਿਰ ਅਲੀ ਕਹਿ ਰਿਹਾ ਤੁਸੀਂ ਜਿਹੜਾ ਨਾ ਮੈਨੂੰ ਬੇਗਮ ਸਾਹਿਬ ਲਦਾ ਦਿਓ ਅਤੇ ਮੈਂ ਜਿਹੜਾ ਨਾ ਸਾਟਿਆ ਨਾ ਅਤੇ ਬਾਕੀ ਜਿਹੜਾ ਮੈਂ ਛੱਲੀਆਂ ਜਿਹੜੀਆਂ ਨਾ ਬੋਰੀਆਂ 'ਚ ਉਹ ਜਿਹੜਾ ਬਾਹਰ ਲੈ ਸਾ ਮੰਮਾ ਨਾ ਮੰਮਾ ਸਾਹਿਬ ਜਿਹੜਾ ਨਾ ਬੁਖਾਰ ਹੋਇਆ ਖਾਲੇ ਮੰਮਾ ਸਾਹਿਬ ਮੈਂ ਨਹੀਂ ਕਿਹਾ ਮੈਂ ਆਪੇ ਜਿਹੜਾ ਨਾ ਜਿੰਨੀਆਂ ਬੋਰੀਆਂ ਜਿਹੜੇ ਨੂੰ ਬਾਹਰ ਲੈ ਮੰਮਾ ਸਾਹਿਬ ਜਿਹੜਾ ਨਾ ਖੋਤੀ ਰੇਟ ਜਿਹੜੇ ਲੈ ਆਉਂਦਾ ਨਾਲ ਥੋੜ੍ਹੀ ਬਹੁਤੀ ਜਿੰਨੀ ਕਿ ਆਪਦੇ ਅੱਬੂ ਦੀ ਹੈਲਪ ਕਰਾ ਲਈ ਸੀ
ਮੰਮਾ ਸਾਨ ਜਿਹੜਾ ਨਾ ਰੇੜੀ ਖੋਤੀ ਲੈ ਕੇ ਜਿਹੜਾ ਨਾ ਆ ਰਿਹਾ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦੀ ਹਾਂ ਅਤੇ ਉਹਨੂੰ ਜਿਹੜਾ ਨਾ ਚਲਾਉਣ ਦਾ ਬਿਲਕੁਲ ਜਿਹੜਾ ਨਾ ਏਡਾ ਹਵਾਲ ਕੋਈ ਨਹੀਂ ਆਉਂਦਾ ਉੱਥੇ ਜਿਹੜਾ ਰੱਖ ਦਿੱਤੇ ਹਾਂਜੀ ਹਾਂ ਚਲੋ ਆਹ ਲੈ ਕੇ ਆ ਗਿਆ ਸਮਝ ਲਓ ਛੇਲ ਦੇ ਕੋਲ ਇੱਥੋਂ ਆਰਾ ਮੋੜ ਲਾ ਇੱਥੋਂ ਆਰਾ ਮੋੜ ਲਾ ਆਸਤਾ ਆਸਤਾ ਇਨਸ਼ਾਲਾ ਜਿੰਨਾ ਕੀ ਹੋਵੇ ਉਹ ਬਾਲ ਜਿਹੜਾ ਸਾਫ ਤਾਂ ਦਿੰਦਾ ਇਹਦੀ ਅੱਜ ਦਵਾਈ ਜਿਹੜਾ ਨਾ ਬਾਹਰ ਲਾਜ਼ਮੀ ਤੇਰੀ ਅਤੇ ਮੰਮਾ ਸੈਨ ਦੀ ਲਾ ਲੈਂਦੇ ਬੱਚਿਆਂ ਦਾ ਸੋਚਦਾ ਸੋਚਦਾ ਮੈਂ ਆਉਣਾ ਮੇਰੇ ਬੱਚੇ ਨਾ ਕਿਉਂ ਤਾਂ ਜਿਹੜਾ ਨਾ ਨਹੀਂ ਕੋਈ ਨਹੀਂ ਮੁੜ ਤੁਸੀਂ ਆਪ ਹੀ ਠੀਕ ਨੇ ਅਗਰ ਆਪਾਂ ਵਾਲਤਾ ਹੋ ਵੀ ਤਾਂ ਆਪਾਂ ਜਿਹੜਾ ਕਦੀ ਆਖਿਆ ਹੀ ਕਦੀ ਨਹੀਂ ਉਹਨੂੰ ਬੁਖਾਰ ਆ ਉਹਨੂੰ ਇਸ ਤੋਂ ਜ਼ਿਆਦਾ ਮੰਮਾ ਸੈਨ ਤੋਂ ਉਵੇਂ ਜਿਹੜੇ ਕਰੇ ਹਾਂ ਰੋਜ਼ ਫਾਤਮਾ ਜ਼ੇਬ ਅਲੀ ਤਮੰਜੇ ਤੋਂ ਪੈਣ ਅੱਜ ਸਵੇਰਾ ਜਿਹੜਾ ਬਾਕੀ ਦੇ ਬਰਤਨ ਬੁਰਤਨ ਕਰ ਦਾ ਚੜ ਜੁੜੂ ਉਹਨੂੰ ਆਖਿਆ ਹੀ ਹਾਂ ਮੈਂ ਮੁੜ ਦਵਾਈ ਲੈਣ ਜਾਂਦੇ ਦੇਰ ਲੇਟ ਹੋ ਜਾ ਕਾਫੀ ਸਾਰੀ ਹਾਂ ਉੱਥੋਂ ਹੀ ਤੂੰ ਇਹ ਆਖਿਆ ਵੀ ਉਹ ਜਿਹੜਾ ਡਾਕਟਰ ਥੋੜ੍ਹਾ ਸਮਝਦਾਰ ਆ ਵੇਖਣੇ ਆ ਜਿਲਾ ਕਰੇ ਫਰਕ ਬਣ ਗਿਆ ਤੇ ਠੀਕ ਆ ਜੇਕਰ ਨਾ ਪਿਆ ਤਾਂ ਮੁੜ ਕੇ ਜ਼ਰੂਰ ਤੂੰ ਲੈ ਲਈ ਸਾਂ ਹਾਂ ਸਾਹਮਣੇ ਆਈਆਂ ਬੋਰੀਆਂ ਟੋਟਲੀ ਸਾਰੀਆਂ ਬਾਹਰਲੀਆਂ ਜਾਂ ਫਿਰ ਜਿਹੜਾ ਨਾ ਉਹ ਪਹੁੰਚਿਆ ਮੰਮਾ ਸੈਨ ਗਲੂ ਜਿਹੜਾ ਨਾ ਕਮੀਜ਼ ਲਾ ਕੇ ਪਸੀਨਾ ਸਾਰਾ ਪੂਜਿਆ ਤਾਂ ਹੁਣ ਮੁੜ ਜਿਹੜਾ ਨਾ ਕਮੀਜ਼ ਪਾ ਰਿਹਾ ਸ਼ਰਟ ਅਤੇ ਮੈਂ ਜਿਹੜਾ ਨਾ ਪਾ ਰਹੀ ਹਾਂ ਛੱਲੀਆਂ ਅਤੇ ਦੰਦ ਦਿਖਾ ਦੇਵਾਂ ਆਹ ਜਿਹੜੀ ਤਰੱਫੜ ਕੁੱਤੀ ਕੱਲ੍ਹ ਹੀ ਮੈਨੂੰ ਜਿਹੜਾ ਨਾ ਲੜ ਗਈ ਆ ਆਹ ਇਹ ਬਿਲਕੁਲ ਜਿਹੜਾ ਕਾਫੀ ਖਤਰਨਾਕ ਹੁੰਦੀ ਆ ਜਾਂਦੀ ਪਈ ਆਹ ਵਿੱਚ ਜਿਹੜਾ ਛੱਲੀਆਂ ਦੇ ਇਸੇ ਤਰ੍ਹਾਂ ਹੀ ਜਿਹੜਾ ਨਾ ਵਿੱਚ ਵਿੱਚ ਕਾਫੀ ਸਾਰੀਆਂ ਆਉਂਦੀਆਂ ਨੇ ਅਤੇ ਆਹ ਵਾਲੀਆਂ ਬੋਰੀਆਂ ਹੁਣ ਜਿਹੜਾ ਮੈਂ ਭਰਨ ਲੱਗੀਆਂ ਆਹ ਵਾਲੀ ਛੇਲ ਵਾਲੀਆਂ ਸਾਈਡ ਵਾਲੀਆਂ ਤੁਸੀਂ ਬੋਰੀਆਂ ਸਾਠ ਲਓ ਜਾ ਫਿਰ ਅਲੀ ਹਾਂ ਮੈਂ ਆਮਦੇ ਪੀਂ ਚਵਾਨੀ ਆ ਬੋਰੀ ਬਾਹਰ ਲਵਾਂ ਅਤੇ ਤੁਸੀਂ ਖੋਤੀ ਨੂੰ ਲਾ ਚੱਲੋ ਗਾ ਮੈਂ ਆਹ ਬੋਰੀ ਬਾਹਰ ਲਵਾਂ ਮੁੜ ਜਾਂਦੀ ਹਾਂ ਮੰਮਾ ਸੈਨ ਚੱਲੋ ਤੁਸੀਂ ਆਹ ਦੇ ਬੁੱਲ ਮੈਂ ਆਮਦੀ ਪੀਆਂ ਬੋਰੀ ਘਰ ਹੈਗੀ ਬਾਹਰ ਲਵਾਂ ਦੂਸਰੀ ਜਿਹੜੀ ਨਾ ਵਾਲੀ ਪਈਆਂ ਨੇ ਬਾਹਰ ਦੇ ਬੋਰੀਆਂ ਉਹ ਖਾਲੀ ਹੋ ਜਾਸੇ ਅਤੇ ਆਹ ਜਿਹੜੀਆਂ ਫਿਰ ਮੈਂ ਬਾਹਰ ਲਈ ਸਾਂ ਅਸ ਜਿਹੜਾ ਨਾ ਛੇ ਲਲਵਾ ਪਹੁੰਚਿਆ ਅਤੇ ਬਲੌਂਗੜੇ ਜਿਹਨਾਂ ਬਿੱਲੀ ਕਾਫੀ ਦਿਨ ਜਿਹੜੀ ਨਾ ਉਹੀ ਹੋਈ ਹੈ ਅਤੇ ਅੱਜ ਮੈਂ ਘਰ ਬਹਿਣ ਬਾਈਆਂ ਨੇ ਦਿਖਾ ਦਿਓ ਕਿਉਂਕਿ ਉਹਨਾਂ ਨੇ ਜਿਹੜਾ ਨਾ ਸੁਬਹਾ ਸੁਬਹਾ ਦੁੱਧ ਪਾਇਆ ਅਤੇ ਉਹਨਾਂ ਦੀ ਹੁਣ ਅੰਮੀ ਜਿਹੜਾ ਨਾ ਚਾਵਲ ਪਾਏ ਨੇ ਮੈਂ ਜਿਹਨਾਂ ਨੂੰ ਖਾ ਲੈ ਗਈ ਮਿਲਾ ਦੇ ਕਾਫੀ ਦਿਨਾਂ ਦੇ ਇੱਥੇ ਪਿੱਛੇ ਜਿਹੜੇ ਛੁੱਟੇ ਹੋਣ ਬਾਹਰ ਕਦੀ ਨਹੀਂ ਜਿਹੜੇ ਨਿਕਲੇ ਕਿ ਕੁੱਤਾ ਹੈਗਾ ਸਾਡੇ ਲਈ ਤੇ ਮੈਂ ਨੀ ਉਹ ਨਾ ਫੜ ਲਵੇ ਤਾਂ ਪਰ ਜਿਹੜੇ ਅੱਗੇ ਡੇਸ਼ ਰੱਖ ਕੇ ਕੁੱਡੇ ਦੇ ਉੱਪਰ ਸਾਈਡ ਜਿਹੜੇ ਥੋੜਾ ਜਿਹਾ ਮੂੰਹ ਬਣਾਇਆ ਤਾਂ ਉਸ ਸਾਈਡ ਤੇ ਜਿਹੜੇ ਥੋੜਾ ਜਿਹਾ ਬਣਨੇ ਤੋਂ ਖੁੱਡੇ ਦੇ ਵਿੱਚ ਚਲੇ ਹਾਂ ਖੁੱਡੇ ਦੇ ਵਿੱਚ ਚਲੇ ਜਾਂਦੇ ਤਾਂ ਪਰ ਜਿਹੜੇ ਨੇ ਇਸ ਤਰ੍ਹਾਂ ਮੈਂ ਚਲੇ ਇੱਥੇ ਜਿਹੜੇ ਮਹਿਫੂਜ਼ ਰਹਿ ਸਨ ਜਦੋਂ ਫਿਰ ਵੱਡੇ ਹੋ ਗਏ ਉਦੋਂ ਭੈਣ ਭਾਈਆਂ ਨੂੰ ਸ਼ੇਅਰ ਕਰ ਸਾਂ ਤਾਂ ਅੱਜ ਜਿਹੜਾ ਨਾ ਸਮਝ ਕਾਫੀ ਦਿਨਾਂ ਬਾਅਦ ਜਿਹੜਾ ਬਾਹਰ ਨਿਕਲੇ ਬੈਠਾ ਮੈਂ ਤਾਂ ਭੈਣ ਭਾਈਆਂ ਨੂੰ ਦਿਖਾ ਦੇਵਾਂ ਤੇ ਸਾਡੇ ਜਿਹੜੇ ਨੇ ਹੋਰ ਹੀ ਮਹਿਮਾਨ ਬਣਦੇ ਨੇ ਮਾਸ਼ਾਅੱਲਾ ਬਿੱਲੋ ਰੰਗ ਜਿਹੜੀ ਨਾ ਮਾਝ ਸੂਈ ਆ ਉਹਨੇ ਕੱਟੀ ਦਿੱਤੀ ਆ ਉਹ ਆ ਰਹੀ ਛੇ ਲੈ ਮੈਂ ਆਈ ਹੋਈ ਹਾਂ ਅਤੇ ਅੱਜ ਜਿਹੜਾ ਨਾ ਸਪੈਸ਼ਲ ਆਦ ਭੈਣ ਬਹਿਣ ਜਿਹੜਾ ਰੈਸਪੀ ਸ਼ੇਅਰ ਕਰੂੰਗਾ ਲੈ ਆਉਂਦਾ ਚਿਕਨ ਅਤੇ ਇਹਦੇ ਜਿਹੜਾ ਨਾ ਹਰ ਚੀਜ਼ ਪਾ ਕੇ ਅਤੇ ਤਕਰੀਬਨ ਜਿਹੜਾ 10-15 ਮਿੰਟ 20 ਮਿੰਟ ਜਿਹੜਾ ਰੱਖ ਦੇਵਾਂਗੀ ਇਹਦੇ 'ਚ ਪਾਵਾਂਗੀ ਦਹੀਂ ਸਮਝ ਲਓ ਬਸ 3-4 ਚਮਚੇ ਪਾਵਾਂਗੀ ਘਿਓ ਬਿਲਕੁਲ ਬਹੁਤ ਜਿਹੜਾ ਨਾ ਥੋੜ੍ਹਾ ਜਿਹਾ ਕਿਲੋ ਆ ਅਤੇ ਮਿਰਚਾਂ ਲਾਲ ਬਿਲਕੁਲ ਥੋੜ੍ਹੀਆਂ ਜਿਹੀਆਂ ਬਾਕੀ ਹਰੀਆਂ ਮਿਰਚਾਂ ਬਾਕੀ ਜਿਹੜੇ ਨੇ ਸਾਰੇ ਮਸਾਲੇ ਇਹਦੇ 'ਚ ਪਾ ਕੇ ਜਿਹੜਾ ਨਾ ਕੁੱਟ ਦਿੱਤੇ ਨੇ ਅਤੇ ਲੈਮਨ ਜਿਹੜਾ ਨਾ ਉਹ ਪਾ ਲਵਾਂਗੀ ਨਮਕ ਅਤੇ ਹਲਦੀ ਜਿਹੜੀ ਨਾ ਮੰਮਾ ਸੈਨ ਲੈਣਗੇ ਉਹ ਫਿਰ ਖਤਮ ਹੋ ਗਈ ਹੈ ਅਤੇ ਆਹ ਤਕਰੀਬਨ ਜਿਹੜੀ ਤਿਆਰ ਹੋਇਆ ਤਾਂ ਮਸਾਲਾ ਨੇ ਪਾ ਦੇਣੀ ਹਲਦੀ ਪਾ ਦੇਵਾਂਗੀ ਹਰ ਚੀਜ਼ ਪਾ ਕੇ ਰੱਖ ਦੇਵਾਂਗੀ ਫਿਰ ਜਿਹੜਾ ਨਾ ਆ ਕੇ ਦਮ ਦੇ ਕੇ ਤੋਂ ਉਸ ਤੋਂ ਬਾਅਦ ਜਿਵੇਂ ਜਿਵੇਂ ਜਿਹੜਾ ਨਾ ਪਕਾਈ ਉਵੇਂ ਉਵੇਂ ਆਦ ਭੈਣ ਭਾਈ ਨੂੰ ਜਿਹੜਾ ਸ਼ੇਅਰ ਕਰਾਂਗੀ ਜਾਂ ਫਿਰ ਵਾਸਤੇ ਜਿਹੜਾ ਨਾ ਥੋੜ੍ਹਾ ਜਿਹੜੇ ਬਸ ਲੱਸੀ ਨਾਲ ਹੀ ਉਹਨੂੰ ਜਿਹੜਾ ਰੋਟੀ ਦੇਣੀ ਉਹਨੂੰ ਬਿਲਕੁਲ ਸਾਲਾ ਨਹੀਂ ਦੇਣਾ ਇਹੀ ਸਮਝ ਲਓ ਮੈਂ ਆ ਕੇ ਜਿਹੜਾ ਨਾ ਕਾਫੀ ਦਿਨ ਹੋ ਗਏ ਕੋਈ ਜਿਹੜਾ ਨਾ ਰੈਸਪੀ ਨਹੀਂ ਅੱਛੀ ਜੀ ਆਦ ਭੈਣ ਭਾਈ ਨੇ ਸ਼ੇਅਰ ਕੀਤੀ ਮੈਂ ਅੱਜ ਜਿਹੜਾ ਨਾ ਗੋਸ਼ਤ ਲੈ ਲੈਂਦੇ ਹਾਂ ਅਤੇ ਜਿਹੜਾ ਅੱਛੀ ਜੀ ਰੈਸਪੀ ਜਿਹਦੇ ਨਾਲ ਆਦ ਭੈਣ ਭਾਈ ਨੂੰ ਸ਼ੇਅਰ ਕਰਨੀ ਹੈ
हर चीज जेड़े ना ला के रख दी है जा फिर लिया ना पे ना के आया के रे बिजली चली है जेड़ा ना मैनू जेड़ा ना गर्मी तो जेड़ा ना बहुत ही गर्मी लगती है मैं पंजाब की बिजली के ना कपड़े सड़े जेड़ा ना चलो ठीक कीता क्योंकि जा फिर थोड़ा जेड़ा ना लेट आया मेरे मैं चल जेड़ा तुसी ना लो तान पारो ते हुन मैं जेड़ा ने रख देन तेरे वास्ते लस्सी बना ले सा तू ए नहीं खाने या फिर समझ दिल तो नहीं करदा इंज आखन कर पर की करे मजबूरी आ नहीं मेनू डॉक्टर ही मना कीती थी जेड़ा ना कट्टे दा गोश्त वैसे भी होता है जेड़ा ना 10 15 दे ते दवाई दे विच नहीं खाना ते आज मजीद जैसे दवाई लेने जाना उस तो मोड़ पहुंच सा इस तो कोनिया के कट्टे दा उस बिल्कुल नहीं मना नहीं तू ए भी नहीं 15 20 दे जेड़ा ना बड़ा तई जाना तान कर बिल्कुल ए तो समझ लो सारे बहना भाईयां समझ लो एक रेसिपी मैं जेड़ा ने काफी दिन हो गए कोई जेड़ा ने अच्छी जी रेसिपी नहीं बनाई मैं खा जेड़ा ले लेने किलो गोश्त दा ताज बहन भाई जेड़ा ने थोड़ी बहुत अच्छी जी रेसिपी जेड़ी शेयर करनी ते हुन जेड़ा ने इन्हां जेड़ा 10 15 मिनट इवें जेड़ा रख देनी है लेमन नहीं हर चीज ला के जेड़ा रख दिता ते आग बाल दें तिकर जेड़ा ना टाइम हो जाए मम्मा सैन दे तैयार हो बिल्कुल जेड़ा ना हल्की आग मैं थोड़ी जेड़े ना गारे बन लेंगे ने जेड़े ना बिच बिच राठा जेड़ी ना काढ़ लेसा थोड़ी हल्की आग कर देसा ते इस तरह जेने रख दिता दम दे जेड़े ने बिच बिल्कुल तैयार हो जासी बाद दे जेड़े ने नु तवे ते पीसन काढ़ के ते ताल लवांगे बिल्कुल थोड़ा थोड़ा घी ला के रेसिपी जेड़ी तकरीबन साड़ी हूँ तैयार हो गई तो जेड़ा ने ताल लेने घी जेड़ा ने पा दिता चार चार मैच करके जेड़े ने ताल लेने माशाल्लाह रोटियां जड़ियां ना ला के आ गई सारियां पका के बाकी जड़ा ना चिकन वो भी जड़ा ना ताल के लिया तो जड़ा ना बच्चे ने दे देनी है सब तो पहले मम्मा सैन देनी है नाल जड़ा ना थोड़ा जो मसाला भी बनाया दी ना रोटी खा ले चटनी भी सच्ची पाई है जड़ा ना रेते वो भी जड़ा चा ले इस तरह जेड़ा ने मैं अज जेड़ा रेसिपी बनाई आ सारे भैणा भाई मैं समझ लिया आ देखो भी बनाई आ कोई नहीं जेड़ा ने नहीं समझ आई तो सारे भैणा भाई दसना सही बनी है या नहीं बनी बर्तन बुर्तन जेड़े ने मैं धो ले रोटी खा लिया सारा बच्चे ही खा लिया क्योंकि अज जेड़ा ना रेसिपी इस वजह ना ही बनाई क्योंकि बच्चे जेड़े ना दो तीन दिन हो गए उन्होंने बुखार आ बिल्कुल जेड़ा ने उन्हें रोटी तो देना कारण मैं चल जेड़ा ना ਲੈ ਲੈਂਦੇ ਹਾਂ ਗੋਸ਼ਤ ਥੋੜ੍ਹਾ ਬਹੁਤਾ ਜਿਹੜਾ ਨਾ ਚੇਂਜ ਕਰਕੇ ਸਾਲਣ ਬਣਾਉਂਦੇ ਹਾਂ ਅਤੇ ਇਸ ਤਰ੍ਹਾਂ ਬੱਚੇ ਜਿਹੜੇ ਖੁਸ਼ ਹੋ ਗਏ ਕਾਫੀ ਜਿਹੜੇ ਨੇ ਬੱਚੇ ਖੁਸ਼ ਹੋ ਖਾ ਰਹੇ ਅਤੇ ਜਾਂ ਫਿਰ ਦਵਾਈ ਜਿਹੜਾ ਨਾ ਸੁਬਹਾ ਯਾਦ ਬਣ ਬਈ ਸ਼ੇਅਰ ਕੀਤੀ ਖਤਮ ਹੋਈ ਹੋਈ ਅਤੇ ਉਹ ਜਾ ਲਊਂ ਤਾਂ ਨਾਲ ਜਿਹੜਾ ਮੰਮਾ ਸਾਹਿਬ ਜੇਬ ਲਈ ਜਿਹੜੇ ਦਵਾਈ ਜਾ ਲਊਂ ਉਹ ਯਾਦ ਬਣ ਬਈ ਨੇ ਜੇਬ ਹਾਂ ਉਹ ਜਿਹੜਾ ਸ਼ਾਮ ਦਵਾਈ ਜਾਂ ਫਿਰ ਖਤਮ ਹੋਈ ਅਤੇ ਹੁਣ ਜਿਹੜਾ ਮੈਂ ਅੱਜ ਟਾਈਮ ਆ ਸੁਬਹਾ ਫਿਰ ਮਾਰ ਆ ਗਿਆ ਫਿਰ ਹੋਰ ਕੋਈ ਕੰਮ ਹੋਇਆ ਫਿਰ ਨਹੀਂ ਟਾਈਮ ਲੱਗਣਾ ਖਾਣ ਪਰ ਜਿਹੜੇ ਮੈਂ ਚਲੋ ਮੰਮਾ ਸਾਹਿਬ ਨੂੰ ਜ਼ਿਆਦਾ ਜਿਹਨੇ ਬਗਲਾਂ ਤਰ੍ਹਾਂ ਜਿਹੜਾ ਨੇ ਇਸ ਤਰ੍ਹਾਂ ਜਿਹੜਾ ਦੁਕਾਨ 'ਤੇ ਬਗਲਾਂ ਜਿਹੜੇ ਨੇ ਖਾਂਸੀ ਨਾਲ ਆ ਮੈਂ ਚਲੋ ਉਹਦਾ ਹੀ ਖਾ ਲੈਂਦੇ ਜੇਬ ਲਈ ਜਿਹੜੇ ਨੇ ਇਹਨੂੰ ਦਿਖਾ ਲੈਂਦੇ ਹਾਂ ਅਤੇ ਜਾਂ ਫਿਰ ਇਹਨੂੰ ਦਿਖਾ ਲੈਂਦੇ ਹੁਣ ਚੱਲਦੇ ਹਾਂ ਯਾਦ ਪੈਣ ਦਾ ਇੰਡਸਟਰੀ ਫਿਰ ਗੱਲ ਆ ਜਾਣ ਸਾਡੀ ਯੋਗ ਤਿਆਰੀ ਮੰਮਾ ਸਾਹਿਬ ਜਿਹੜਾ ਨੇ ਮੋਟਰਸਾਈਕਲ ਜਿਹੜਾ ਨੇ ਕਾਢ ਲਿਆ ਜਾਂ ਫਿਰ ਨਿਕਲਿਆ ਮੰਮਾ ਸਾਹਿਬ ਤੁਸੀਂ ਚਲਾ ਸੋ ਅੱਛਾ ਚਲੋ ਠੀਕ ਹੈ ਚਲ ਜਾ ਫਿਰ ਚਲੋ ਠੀਕ ਆ ਅਤੇ ਇਹ ਵਾਲੀ ਵੀ ਲਾ ਗਈ ਜਿਹੜੇ ਨੇ ਇੱਥੇ ਖਤਮ ਕਰਨੀ ਆਦ ਬਹਿਣ ਬਹਿ ਕੇ ਲੈਣੀ ਇਜਾਜ਼ਤ ਅੱਲਾ ਫੇਜ਼ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੇਰੇ ਪਿਆਰੇ ਬਹਿਣ ਜਾਂ ਵੀ ਰਹੋ ਖੁਸ਼ ਰਹੋ ਬਾਦ ਰਹੋ ਹਮੇਸ਼ਾ ਇਸ ਤਰ੍ਹਾਂ ਦੇ ਰਹੋ ਤਾਂ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਖਤਮ ਕਰਨੀ ਕਿੰਨੀ ਕਿ ਮੇਰੇ ਬਹਿਣ ਵੈਸੇ ਬਿਲਕੁਲ ਠੀਕ ਠਾਕ ਖੜੀ ਤੁਸੀਂ ਅੱਜ ਦਾ ਵਿਲਾਕ ਉੱਥੋਂ ਸ਼ੁਰੂ ਕਰ ਰਹੇ ਹਾਂ ਜਿੱਥੇ ਖਤਮ ਕੀਤਾ ਸੀ ਅਸੀਂ ਜਾ ਰਹੇ ਹਾਂ ਜਾਂ ਫਿਰ ਦਵਾਈ ਲੈਣ ਅਤੇ ਫਿਰ ਰਸਤੇ 'ਚ ਯਾਦ ਬਹਿਣ ਬਈ ਨਾਲ ਗੱਲਬਾਤ ਕਰਨੀ ਹੈ